ਗੱਲ ਸਮਝੋ ਤੇਲ ਬਦਲਣਾ ਤਾਂ ਬਸ ਤੇਲ ਖੋਲ ਦਿੰਦੇ ਆ ਤੇ ਤੇਲ ਪਾ ਦਿੰਦੇ ਆ ਤੇਲ ਆਪਣਾ ਹੁਣ ਦੇਖਿਆ ਉਹ ਕਿਆ ਕੀਤਾ ਤੇਲ ਸੱਤ ਹੋਇਆ ਤਾਂ ਕੀ ਹੋਗਾ ਤੇਲ ਕਿਹੜੇ ਬਣਾ ਦੇ ਸਾਬਨ ਕਿਹੜਾ 20 ਦਾ ਹਾਂ ਤੇ ਬਸ ਇੰਜਨ ਫਿਰ ਜਾ ਕੇ 20-50 ਨੂੰ ਵੀ ਘਟਾ ਦੇ ਹਾਂ ਜੇ 20-50 ਵੀ ਘਟ ਕਰ ਗਿਆ ਤਾਂ ਫਿਰ ਇੰਜਨ ਇਹਦਾ ਤੁਮ ਲੋ ਦੇਖੋ ਨਾ ਇੰਜਨ ਕਮਜ਼ੋਰ ਹੋ ਗਿਆ ਤਾਂ 20-50 ਨੂੰ 20-50 ਦਾ ਫੋਰ ਤੋਂ ਐਂਡ ਦਾ ਫੋਰ ਲੈ ਉਹ ਵੀ ਅਗਰ ਘਟਾ ਰਹੀ ਆ ਤੇ ਫਿਰ ਹੋਰ ਪਿੱਛੇ ਕੀ ਰਹਿ ਗਿਆ ਫਿਰ ਰੇਸ ਵੀ ਛੱਡੀ ਸੀ ਜਦੋਂ ਕਿੰਨੇ ਹਾਂ ਰੇਸ ਵੀ ਥੋੜੀ ਸਾਰੀ ਪੈਡਲ ਦਾ ਕੋਡ ਖੋਲਿਓ ਪੈਡਲ ਖੋਲਿਓ ਤਾਂ ਮਗਲਾਂ ਬਦਲਾਓ ਫਿਰ ਉਹ ਦੇਖੋ ਨਾ ਕਹਿੰਦਾ ਵੀਡੀਓ ਦੇਖੋ ਪਤਾ ਨਹੀਂ ਕਿਹਦਾ ਯਾਰ ਹੀ ਪਾਵਾਂਗੇ ਫਿਰ ਆਪਾਂ ਦੇਖਾਂਗੇ ਬਾਹਰ ਬਾਹਰ ਰਿਹਾ ਟਾਕੀ ਪੈਡਲ ਦਾ ਮਸਲਾ ਖਤਮ ਤਾਂ ਹੋਏ ਪਏ ਇਹਦੇ ਰੁਕ ਤੇ ਜਾਂਦੇ ਇਹ ਚੇਂਜ ਹੀ ਕਰਨੇ ਪੈਣੇ ਦੇਖੋ ਪੇਪਰ ਤੈਨੂੰ ਪੂਰਾ ਪਾ 4 ਲੀਟਰ
ਲੈਟ ਚੈੱਕ ਚੱਲਦੀ ਨਾ ਇਹਦੀ ਵਜ੍ਹਾ ਤੋਂ ਚੱਲਦੀ ਉਹ ਬੈਟਰੀ ਨਹੀਂ ਚੈੱਕ ਲੈਟ ਨਹੀਂ ਬੀਤ ਹਾਂਜੀ ਪਾਤੇ ਚਲੋ ਖੋਲਿਆ ਲਿਆ ਕੀ ਕਹਿੰਦਾ ਬਣਾ ਰਿਹਾ ਕੀ ਕਹਿੰਦਾ ਕਿੰਨੇ ਤੇ ਲੱਗੂਗੀ ਭਾਈ ਬਸ ਖੋਲੀ ਖੜਾ ਸੀ ਰਾਣੀ ਜਾਣ ਗਿਆ ਚਲੋ ਚਲੋ ਕਿਆ ਉੱਤੋਂ ਹਲਕੀ ਚੱਕ ਫੈਕਟਰੀ ਮਸਤੀ
छाड़ दे ਮੋਬਾਈਲ ਕਿੰਨੇ ਚਲਾਉਂਦੇ ਹੋ ਮੋਬਾਈਲ ਕਿੰਨੇ ਚਲਾਉਂਦੇ ਹੋ ਮੋਬਾਈਲ ਅਸੀਂ 3000 ਰੁਪਏ ਲੈਂਦੇ ਹਾਂ ਸਹੀ ਜਿਵੇਂ ਜਿਵੇਂ ਤਾਂ ਗੱਡੀ ਦੀ ਜਿਹੜਾ ਨਾ ਅਸੀਂ ਕਿ 6 ਮਹੀਨੇ ਬਾਅਦ ਖੜੀ ਰਹਿੰਦੀ ਹੈ ਨਾ ਕਾਰੀ ਹਲੇ ਥਾਲੀ ਸਲਪ ਨੰਬਰ ਲੈ ਗਈ ਲੈਣ ਮਾਰੀ ਸਲਪ ਹੁਣ ਚਾਰ ਟਿਕੇਗਾ दो मिनट बांध रहे ਕਿੱਥੇ ਸਾਬੂ ਉੱਥੇ ਬੈਠਾ